ਹੀ ਹੋਣਾ। ਮੈਂ ਖਾਂਦੀ ਆ, ਮੈਂ ਦੱਸੀ ਜਾਂਦੀ, ਮੈਨੂੰ ਝੂਠ ਬੋਲਣ ਦੀ ਕੀ ਲੋੜ। ਤੇਰਾ ਮਰਨਾ ਆ ਗਿਆ ਮੇਰਾ। ਮੈਂ ਕਦੇ ਕਦੇ ਖਾਂਦੀ, ਮੈਨੂੰ ਨੀਂਦ ਨਹੀਂ ਆਉਂਦੀ। ਹਾਂ ਵੇਖੋ, ਦੋ ਤਿੰਨ ਹੀ ਸਿਰਫ ਖਾਦੇ, ਘੱਟੋ ਘੱਟ ਵੀ 25 ਦਿਨ ਹੋ ਜਾਂਦੇ ਆ, ਕਿਉਂਕਿ ਮੈਂ ਚੰਡੀ ਬਣਾਈ ਹੈ। ਆਹ ਤਾਂ ਚਿੰਗਮ ਮਿਲੀ ਇੱਕ ਮੰਡੀ ਸੈਂ ਕਾਪੀ ਕੱਢ ਦੇ ਇੱਕ ਵਾਰੀ ਕਾਪੀ। ਸੀਨੀਅਰ ਆਫਿਸਰ ਦੇ ਹੁਕਮਾਂ ਦੇ ਨਾਲ ਸਬ ਡਿਵੀਜ਼ਨ ਜਿਹੜੀ ਆਪਣੀ ਫਾਜ਼ਿਲਕਾ ਆ, ਉਹਦੀ ਸਾਰੀ ਫੋਰਸ ਲੈ ਕੇ ਅਸੀਂ ਜਿਹੜਾ ਕੋਈ ਅੰਨੀ ਦਿੱਲੀ ਅਤੇ ਰਾਧਾ ਸਵਾਮੀ ਜਿਹੜੀ ਬਸਤੀਆਂ ਨੇ, ਇਹਦੇ ਵਿੱਚ ਅਸੀਂ ਸਰਚ ਆਪਰੇਸ਼ਨ ਕੀਤਾ ਹੈਗਾ। ਕੋਈ ਚੋਰ ਚੱਕੇ ਜਾਂ ਕੋਈ ਜਿਹੜੇ ਸ਼ੱਕੀ ਬੰਦੇ ਨੇ ਜਾਂ ਕੋਈ ਨਸ਼ੇ ਨੂੰ ਡੀਲ ਕਰਦੇ ਆ, ਉਹਨਾਂ ਦੇ ਉੱਤੇ ਰੇਡ ਜਿਹੜੀਆਂ ਕੀਤੀਆਂ ਜਾ ਰਹੀਆਂ, ਤਾਂ ਕਿ ਇਹ ਜਿਹੜਾ ਇਸ ਜੁਰਮਾਂ ਦੇ ਵਿੱਚ ਨਾ ਪੈਣ ਅਤੇ ਠੱਲ ਪੈ ਸਕੇ, ਅਤੇ ਇਹਨਾਂ ਨੂੰ ਜਿਹੜਾ ਸਜ਼ਾ ਦਿੱਤੀ ਜਾਵੇ ਫੜ ਕੇ, ਜੇ ਕੋਈ ਉਹ ਗਲਤ ਕੰਮ ਕਰ ਰਹੇ ਆ। ਹੁਣ ਤੱਕ ਵੀ ਇਹ ਗੱਲ ਕਰ ਲਈਏ ਤਾਂ ਕੋਈ ਕਿਸੇ ਤਰ੍ਹਾਂ ਦੀ ਬਰਾਮਦਗੀ ਵੀ ਹੋਈ ਹੈ ਜੀ? ਉਹ ਸਾਡੀਆਂ ਟੀਮਾਂ ਲੱਗੀਆਂ ਹੋਈਆਂ, ਜੇ ਕੋਈ ਰਿਕਵਰੀ ਜਿਹੜੀ ਵੀ ਕੋਈ ਹੋਏਗੀ ਉਹ ਤੁਹਾਨੂੰ ਬਾਅਦ ਦੇ ਵਿੱਚ ਅਸੀਂ ਇਨਫੋਰਮ ਕਰ ਦਿਆਂਗੇ। ਕੋਈ ਲੱਗਾ ਸ਼ੱਕੀ ਪਰਸਨ? ਸ਼ੱਕੀ ਤਾਂ ਹੈਗੇ ਨੇ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਹੋਏ ਹੋਏ ਨੇ ਜਾਂ ਚੋਰੀਆਂ ਦੇ ਵਿੱਚ ਨੇ, ਉਹਨਾਂ ਸਾਰਿਆਂ ਦੇ ਉੱਤੇ ਸਰਚ ਕੀਤੀ ਜਾ ਰਹੀ ਹੈ, ਅਤੇ ਤਾਂ ਕਿ ਜੇ ਕੋਈ ਉਹਦੇ 'ਚੋਂ ਜੇ ਕੋਈ ਸਾਨੂੰ ਬਰਾਮਦਗੀ ਹੋਈ ਤਾਂ ਉਹਨਾਂ 'ਤੇ ਅਸੀਂ ਕਾਰਵਾਈ ਜ਼ਰੂਰ ਕਰਾਂਗੇ। SHO ਸਾਡੇ ਨਾਲ ਨੇ। ਇਹ ਮੈਂ ਬਾਅਦ 'ਚ ਦੱਸਦਾ ਸਾਰੀ, ਜਦੋਂ ਅਜੇ ਤਾਂ ਚੱਲ ਰਹੀ ਹੈ ਨਾ ਆਪਰੇਸ਼ਨ ਚੱਲ ਰਿਹਾ, ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂਗੇ ਵੀ ਕਿੰਨੇ ਅਸੀਂ ਘਰਾਂ ਦੇ ਵਿੱਚ ਸ਼ੱਕੀ ਬੰਦੇ ਜੋ ਕੋਈ ਮਿਲੇ ਆ ਜਾਂ ਰਿਕਵਰੀ ਹੋਈ ਆ ਜਾਂ ਕਿੰਨੇ ਚੈੱਕ ਕੀਤੇ ਗਏ ਨੇ, ਉਹ ਤੁਹਾਨੂੰ ਅਸੀਂ ਆਪਰੇਸ਼ਨ ਤੋਂ ਬਾਅਦ ਦੱਸ ਦਿਆਂਗੇ। ਕੈਸ ਆਪਰੇਸ਼ਨ ਦੇ ਤਹਿਤ ਇਹਨਾਂ ਨੂੰ ਸਾਡਾ ਮੈਸੇਜ ਇਹੀ ਹੈ ਵੀ ਇਹ ਜਿਹੜੇ ਗਲਤ ਕੰਮਾਂ 'ਚ ਨਾ ਪੈਣ, ਜੇ ਫੜੇ ਗਏ ਤਾਂ ਨਾ ਸਾਡੇ ਮਗਰ ਕੋਈ ਇਹਦੇ 'ਚ ਸਿਫਾਰਿਸ਼ ਕਰਨ ਆਵੇ, ਨਾ ਇਸ 'ਤੇ ਅਸੀਂ ਇਹਨਾਂ ਨੂੰ ਜਿਹੜਾ ਬੁੱਕ ਕਰਾਂਗੇ ਜਿਹੜੇ ਸੂਟੇਬਲ ਸੈਕਸ਼ਨ ਦੇ ਤਹਿਤ ਸਜ਼ਾ ਦਵਾਵਾਂਗੇ। ਤੇ ਮੈਂ ਖਾਂਦੀ ਆ, ਮੈਂ ਦੱਸੀ ਜਾਂਦੀ, ਮੈਨੂੰ ਝੂਠ ਬੋਲਣ ਦੀ ਕੀ ਲੋੜ। ਤੇਰਾ ਮਰਨਾ ਆ ਗਿਆ ਮੇਰਾ। ਮੈਂ ਕਦੇ ਕਦੇ ਖਾਂਦੀ, ਮੈਨੂੰ ਨੀਂਦ ਨਹੀਂ ਆਉਂਦੀ। ਹਾਂ ਰਾ ਵੇਖੋ, ਉਹਦੇ 'ਚ ਦੋ ਤਿੰਨ ਹੀ ਸਿਰਫ ਖਾਦੇ, ਘੱਟੋ ਘੱਟ ਵੀ 25 ਦਿਨ ਹੋ ਜਾਂਦੇ ਆ, ਕਿਉਂਕਿ ਮੈਂ ਚੰਡੀ ਬਣਾਈ ਹੈ। ਆਹ ਤਾਂ ਚਿੰਗਮ ਮਿਲੀ ਇੱਕ ਮੰਡੀ ਸੈਂ। ਸੀਨੀਅਰ ਆਫਿਸਰ ਦੇ ਹੁਕਮਾਂ ਦੇ ਨਾਲ ਸਬ ਡਿਵੀਜ਼ਨ ਜਿਹੜੀ ਆਪਣੀ ਫਾਜ਼ਿਲਕਾ ਆ, ਉਹਦੀ ਸਾਰੀ ਫੋਰਸ ਲੈ ਕੇ ਅਸੀਂ ਜਿਹੜਾ ਕੋਈ ਅੰਨੀ ਦਿੱਲੀ ਅਤੇ ਰਾਧਾ ਸਵਾਮੀ ਜਿਹੜੀ ਬਸਤੀਆਂ ਨੇ,
ਇਹਦੇ ਵਿੱਚ ਅਸੀਂ ਸਰਚ ਆਪਰੇਸ਼ਨ ਕੀਤਾ ਹੈਗਾ। ਕੋਈ ਚੋਰ ਚੱਕੇ ਜਾਂ ਕੋਈ ਜਿਹੜੇ ਸ਼ੱਕੀ ਬੰਦੇ ਨੇ ਜਾਂ ਕੋਈ ਨਸ਼ੇ ਨੂੰ ਡੀਲ ਕਰਦੇ ਆ ਉਹਨਾਂ ਦੇ ਉੱਤੇ ਰੇਡ ਜਿਹੜੀਆਂ ਕੀਤੀਆਂ ਜਾ ਰਹੀਆਂ ਤਾਂ ਕਿ ਇਹ ਜਿਹੜਾ ਇਸ ਜੁਰਮਾਂ ਦੇ ਵਿੱਚ ਨਾ ਪੈਣ ਅਤੇ ਠੱਲ ਪੈ ਸਕੇ ਅਤੇ ਇਹਨਾਂ ਨੂੰ ਜਿਹੜਾ ਸਜ਼ਾ ਦਿੱਤੀ ਜਾਵੇ ਫੜ ਕੇ ਜੇ ਕੋਈ ਉਹ ਗਲਤ ਕੰਮ ਕਰ ਰਹੇ ਆ। ਹੁਣ ਵੀ ਹੁਣ ਤੱਕ ਵੀ ਇਹ ਗੱਲ ਕਰ ਲਈਏ ਤਾਂ ਕੋਈ ਕਿਸੇ ਤਰ੍ਹਾਂ ਦੀ ਬਰਾਮਦਗੀ ਵੀ ਹੋਈ ਹੈ? ਉਹ ਸਾਡੀਆਂ ਟੀਮਾਂ ਲੱਗੀਆਂ ਹੋਈਆਂ, ਜੇ ਕੋਈ ਰਿਕਵਰੀ ਜਿਹੜੀ ਵੀ ਕੋਈ ਹੋਏਗੀ ਉਹ ਤੁਹਾਨੂੰ ਬਾਅਦ ਦੇ ਵਿੱਚ ਅਸੀਂ ਇਨਫੋਰਮ ਕਰ ਦਿਆਂਗੇ। ਕੋਈ ਲੱਗਾ ਹੈ ਸ਼ੱਕੀ ਪਰਸਨ? ਸ਼ੱਕੀ ਤਾਂ ਹੈਗੇ ਨੇ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਹੋਏ ਹੋਏ ਨੇ ਜਾਂ ਚੋਰੀਆਂ ਦੇ ਵਿੱਚ ਨੇ, ਉਹਨਾਂ ਸਾਰਿਆਂ ਦੇ ਉੱਤੇ ਸਰਚ ਕੀਤੀ ਜਾ ਰਹੀ ਹੈ ਅਤੇ ਤਾਂ ਕਿ ਜੇ ਕੋਈ ਉਹਦੇ 'ਚੋਂ ਜੇ ਕੋਈ ਸਾਨੂੰ ਬਰਾਮਦਗੀ ਹੋਈ ਤਾਂ ਉਹਨਾਂ 'ਤੇ ਅਸੀਂ ਕਾਰਵਾਈ ਜ਼ਰੂਰ ਕਰਾਂਗੇ। SHO ਸਾਡੇ ਨਾਲ ਨੇ। ਇਹ ਮੈਂ ਬਾਅਦ 'ਚ ਦੱਸਦਾ ਸਾਰੀ, ਜਦੋਂ ਅਜੇ ਤਾਂ ਚੱਲ ਰਹੀ ਹੈ ਨਾ ਆਪਰੇਸ਼ਨ ਚੱਲ ਰਿਹਾ, ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂਗੇ ਵੀ ਕਿੰਨੇ ਅਸੀਂ ਘਰਾਂ ਦੇ ਵਿੱਚ ਸ਼ੱਕੀ ਬੰਦੇ ਜੋ ਕਿ ਮਿਲੇ ਆ ਜਾਂ ਰਿਕਵਰੀ ਹੋਈ ਆ ਜਾਂ ਕਿੰਨੇ ਚੈੱਕ ਕੀਤੇ ਗਏ ਨੇ, ਉਹ ਤੁਹਾਨੂੰ ਅਸੀਂ ਆਪਰੇਸ਼ਨ ਤੋਂ ਬਾਅਦ ਦੱਸ ਦਿਆਂਗੇ। ਕੈਸੋ ਆਪਰੇਸ਼ਨ ਦੇ ਤਹਿਤ ਇਹਨਾਂ ਨੂੰ ਸਾਡਾ ਮੈਸੇਜ ਇਹੀ ਹੈ ਵੀ ਇਹ ਜਿਹੜੇ ਗਲਤ ਕੰਮਾਂ 'ਚ ਨਾ ਪੈਣ, ਜੇ ਫੜੇ ਗਏ ਤਾਂ ਨਾ ਸਾਡੇ ਮਗਰ ਕੋਈ ਇਹਦੇ 'ਚ ਸਿਫਾਰਿਸ਼ ਕਰਨ ਆਵੇ, ਨਾ ਅਸੀਂ ਇਹਨਾਂ ਨੂੰ ਜਿਹੜਾ ਬੁੱਕ ਕਰਾਂਗੇ ਜਿਹੜੇ ਸੂਟੇਬਲ ਸੈਕਸ਼ਨ ਦੇ ਤਹਿਤ ਸਜ਼ਾ ਦਵਾਵਾਂਗੇ।